ਸਤਿ ਸ਼੍ਰੀ ਅਕਾਲ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਫਨਕਾਰ ਮੈਂ ਤੁਹਾਡੇ ਨਾਲ ਬਰਨ ਕੌਰ ਬਾਨ ਤੇ ਚੈਨਲ ਪੰਜਾਬ ਮੇਲ ਯੂਐਸਸੀ ਟੀਵੀ ਫਨਕਾਰ ਪ੍ਰੋਗਰਾਮ ਜਿਸ ਦੇ ਵਿੱਚ ਕਿਸੇ ਫਨਕਾਰ ਦੀ ਗੱਲ ਤੁਹਾਡੇ ਨਾਲ ਕਰੀਦੀ ਕਿਸੇ ਕਲਾਕਾਰ ਦੀ ਜ਼ਿੰਦਗੀ ਨਾਲ ਜੁੜੀ ਗੱਲ ਤੁਹਾਡੇ ਨਾਲ ਕਰੀਦੀ ਹੈ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਐ ਫਨਕਾਰ ਹੁੰਦੇ ਐ ਇਹਨਾਂ ਦੀ ਜ਼ਿੰਦਗੀ ਦੇ ਅਣ ਸੁਣੇ ਕਿਸੇ ਹਰ ਕਿਸੇ ਨੂੰ ਬਹੁਤ ਵਧੀਆ ਲੱਗਦੀ ਆ ਹਰ ਕਿਸੇ ਦੇ ਦਿਲ ਨੂੰ ਬਹੁਤ ਜ਼ਿਆਦਾ ਟੁੰਬਦੇ ਆ ਪਸੰਦ ਕਰਦੇ ਨੇ ਲੋਕ ਇਹ ਤਾਂ ਕੁਦਰਤੀ ਚੀਜ਼ ਹੈ ਕਿ ਜਿਹੜਾ ਸੈਲੀਬ੍ਰਿਟੀ ਹੋਏਗਾ ਮਕਬੂਲ ਪਰਸਨੈਲਿਟੀ ਹੋਏਗੀ ਉਸਦੇ ਬਾਰੇ ਲੋਕਾਂ ਨੂੰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਪਰ ਕਿ ਤੁਸੀਂ ਜਾਣਦੇ ਹੋ ਨੀਰੂ ਬਾਜਵਾ ਹੁਣਾਂ ਨੇ ਹਮੇਸ਼ਾ ਇੱਕ ਗੱਲ ਦੱਸੀ ਹੈ ਕਿ ਉਹਨਾਂ ਨੇ ਆਪਣੇ ਫਾਦਰ ਦਾ ਸਰਨੇਮ ਆਪਣੇ ਨਾਮ ਦੇ ਨਾਲੋਂ ਨਹੀਂ ਹਟਾਇਆ ਅੱਜ ਵੀ ਵਿਆਹ ਤੋਂ ਬਾਅਦ ਵੀ ਉਹ ਬਾਜਵਾ ਹੀ ਨੇ ਤੇ ਵਿਆਹ ਤੋਂ ਪਹਿਲਾਂ ਵੀ ਉਹ ਬਾਜਵਾ ਹੀ ਸੀ ਇਸ ਦਾ ਕੀ ਕਾਰਨ ਹੈ ਦੱਸੂਗੀ ਗਾਣੇ ਤੋਂ ਬਾਅਦ ਪ੍ਰੋਗਰਾਮ ਫਨਕਾਰ ਦੇਖ ਰਹੇ ਹੋ ਮੈਂ ਗੱਲ ਕਰ ਰਹੀ ਸੀ ਕਿ ਨੀਰੂ ਬਾਜਵਾ ਹੁਣਾਂ ਨੇ ਆਪਣੇ ਨਾਮ ਦੇ ਨਾਲ ਉਹ ਬਾਜਵਾ ਨਹੀਂ ਲਾਇਆ ਇਹਦਾ ਕਾਰਨ ਕੀ ਹੈ ਦੇਖੋ ਜੀ ਇਹਦਾ ਸਪਸ਼ਟ ਕਰਨੇ ਹੈ ਕਿ ਬਾਜਵਾ ਉਹਨਾਂ ਦੇ ਫਾਦਰ ਸਾਹਿਬ ਦਾ ਸਰਨੇਮ ਸੀ ਤੇ ਨੀਰੂ ਬਾਜਵਾ ਕਹਿੰਦੇ ਕਿ ਮੈਨੂੰ ਅਕਸਰ ਹੁਣ ਕਰ ਸਕਦਾ ਕਿ ਕਿਉਂ ਮੁੰਡਿਆਂ ਨੂੰ ਹੀ ਹਮੇਸ਼ਾ ਇਦਾਂ ਕੀਤਾ ਜਾਂਦਾ ਨਾ ਕਿ ਕਿਉਂਕਿ ਉਹ ਵੀ ਭੈਣਾਂ ਹੀ ਸੀਗੀਆਂ ਤੇ ਜਿਹੜੀਆਂ ਉਹ ਬੇਟੀ ਸੀਗੀ ਤੇ ਉਹਨਾਂ ਦੇ ਫਾਦਰ ਸਾਹਿਬ ਨੂੰ ਅਕਸਰ ਇਹ ਕਿਹਾ ਜਾਂਦਾ ਸੀਗਾ ਕਿ ਕੁੜੀਆਂ ਕਿਦਾਂ ਕਾ ਨਾਮ ਵਧਾਉਗੀਆਂ ਕੁੜੀਆਂ ਕੀ ਕਰੂਗੀਆਂ ਜ਼ਿੰਦਗੀ 'ਚ ਕੁੜੀਆਂ ਕੋਲ ਨਹੀਂ ਨੋਰ ਸਕਦੀਆਂ ਕੁੜੀਆਂ ਕਾਫੀ ਜ਼ਿਆਦਾ ਉਹਨੂੰ ਸੁਣਨਾ ਪਿਆ ਤੇ ਉਹਨਾਂ ਨੇ ਇੱਕ ਗੱਲ ਠਾਨ ਲਈ ਸੀ ਮੈਂ ਆਪਣੇ ਨਾਮ ਦੇ ਨਾਲ ਉਹ ਬਾਜਵਾ ਬਿਲਕੁਲ ਨਹੀਂ ਹਟਾਉਂਗੀ ਨੀਰੂ ਬਾਜਵਾ ਉਹਨਾਂ ਨੇ ਕਿਹਾ ਕਿ ਮੇਰੇ ਫਾਦਰ ਸਾਹਿਬ ਸਾਨੂੰ ਹਮੇਸ਼ਾ ਇੰਡੀਆ ਲੈ ਕੇ ਆਉਂਦੇ ਹੁੰਦੇ ਸੀ ਗਰਮੀਆਂ ਦੀਆਂ ਛੁੱਟੀਆਂ 'ਚ ਤੇ ਅਸੀਂ ਚਾਹੇ ਸਿਆਲ ਹੋਣ ਗਰਮੀਆਂ ਹੋਣ ਅਸੀਂ ਬਿਨਾਂ ਲਾਈਟ ਦੇ ਰਹਿ ਕੇ ਦੇਖਿਆ ਹੋਇਆ ਬਿਨਾਂ ਲਾਈਟ ਦੀ ਦੁਨੀਆ ਦੇਖੀ ਹੋਈ ਹੈ ਉਹ ਸਾਨੂੰ ਐਨ ਪ੍ਰੋਪਰ ਪਿੰਡ ਦਾ ਸਾਰਾ ਕਲਚਰ ਸਾਡੇ ਦਿਮਾਗ ਦੇ ਵਿੱਚ ਰਟਾ ਦਿੰਦੇ ਹੁੰਦੇ ਸੀ ਅਸੀਂ ਅਕਸਰ ਇਸ ਤੇ ਵਿੱਚ ਆ ਕੇ ਚਾਹੇ ਬਾਹਰ ਜੰਮੇ ਪੜੇ ਸੀ ਪਰ ਇੱਧਰ ਵਿਚਰਦੇ ਹੁੰਦੇ ਸੀ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਫਨਕਾਰ ਗੱ ਬਾਜਵਾ ਹੁਣਾ ਦੀ ਕਿ ਕਿੱਦਾਂ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਇੰਡੀਆ ਲੈ ਕੇ ਆਉਂਦੇ ਹੁੰਦੇ ਸੀ ਉਹ ਬਿਨਾ ਲਾਈਟ ਦੇ ਰਹਿ ਕੇ ਦੇਖਿਆ ਹੋਇਆ ਅਸਲ ਦੇ ਵਿੱਚ ਨੀਰੂ ਬਾਜਵਾ ਹੁਣਾ ਨੂੰ ਕਹਿੰਦੇ ਇੱਕ ਵਾਰੀ ਨਾ ਬੜੀ ਦਰਦਨਾਕ ਕਿਸੇ ਦਾ ਸਾਹਮਣਾ ਕਰਨਾ ਪਿਆ ਉਹ ਗੱਲ ਖੁਦ ਨੀਰੂ ਬਾਜਵਾ ਹੁਣਾ ਨੇ ਸਾਂਝੀ ਕੀਤੀ ਸੀ ਕਹਿੰਦੇ ਮੇਰੇ ਲਈ ਬੜਾ ਪੇਨਫੁਲ ਸੀ ਕਹਿੰਦੇ ਸਾਡੇ ਮਤਲਬ ਕਿ ਘਰ 'ਚ ਤਿੰਨ ਬੇਟੀਆਂ ਆ ਤੇ ਲੋਕ ਪਤਾ ਨਹੀਂ ਕਿਉਂ ਸਾਨੂੰ ਸਲਾਹ ਦਿੰਦੇ ਰਹਿੰਦੇ ਆਹ ਦਵਾਈ ਖਾਓ ਤੁਹਾਡੇ ਮੁੰਡਾ ਹੋ ਜਾਊਗਾ ਐਦਾਂ ਕਰੋ ਤੁਹਾਡੇ ਮੁੰਡਾ ਹੋ ਜਾਊਗਾ ਕਿਉਂ ਮੇਰੀਆਂ ਬੇਟੀਆਂ ਨੂੰ ਇਨ ਡਾਊਨ ਕੀਤਾ ਜਾਂਦਾ ਕਹਿੰਦੇ ਪਹਿਲਾਂ ਇਹ ਚੀਜ਼ ਮੈਂ ਆਪਣੀ ਲਾਈਫ ਚ ਫੇਸ ਕੀਤੀ ਕਿ ਔਰਤ ਦੇ ਨਾਲ ਕਿੱਦਾਂ ਦਾ ਬਿਹੇਵ ਹੁੰਦਾ ਬਾਅਦ ਚ ਹੁਣ ਮੈਂ ਆਪਣੀਆਂ ਬੱਚੀਆਂ ਲਈ ਕਰ ਰਹੀ ਆਂ ਕਹਿੰਦੇ ਯਕੀਨ ਮੰਨਿਓ ਇੱਕ ਅਨਨੋਨ ਪਰਸਨ ਮੇਰੇ ਹਸਬੰਡ ਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਆ ਮੈਡੀਸਿਨ ਖਾਓਗੇ ਨਾ ਤਾਂ ਤੁਹਾਡੇ ਘਰ ਮੁੰਡਾ ਹੋ ਜਾਊਗਾ ਕਹਿੰਦੇ ਸਾਡੇ ਲਈ ਉਹ ਬਹੁਤ ਮਾੜੀ ਚੀਜ਼ ਸੀ ਮੈਨੂੰ ਬਹੁਤ ਦੁੱਖ ਲੱਗਦਾ ਕਿ ਜਦੋਂ ਲੋਕ ਮੇਰੀਆਂ ਬੇਟੀਆਂ ਨੂੰ ਇਦਾਂ ਕਰਦੇ ਜਾਂ ਮੇਰੇ ਤਿੰਨ ਬੇਟੀਆਂ ਆ ਮੈਨੂੰ ਇਸ ਨਿਗਾਹ ਦੇ ਨਾਲ ਦੇਖਦੇ ਆ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹਦੇ ਘਰ ਮੁੰਡੇ ਆ ਉਹਨੂੰ ਵਧੀਆ ਸਮਝਿਆ ਜਾਂਦਾ ਜਿਹਦੇ ਘਰ ਕੁੜੀਆਂ ਹੁੰਦੀ ਚਾਰਾਂ ਤੇ ਐਵੀਜਾ ਸੰਜਾ ਜਾਂਦਾ ਹੈ ਪ੍ਰੋਗਰਾਮ ਦੇਖ ਰਹੇ ਹਾਂ ਤੁਸੀਂ ਫਨਕਾਰ ਗੱਲਬਾਤ ਨੀਰੂ ਬਾਜਵਾ ਹੁਣਾਂ ਦੀ ਨੀਰੂ ਬਾਜਵਾ ਕਹਿੰਦੇ ਮੈਂ ਤਾਂ ਸ਼ੁਰੂ ਤੋਂ ਸੋਚਿਆ ਹੋਇਆ ਸੀਗਾ ਕਿ ਮੈਂ ਪੜ ਕੇ ਕੀ ਕਰਨਾ ਮੈਂ ਸਕੂਲ ਕਾਲਜ ਜਾ ਕੇ ਕੀ ਕਰਨਾ ਮੈਂ ਤਾਂ ਹੀਰੋਇਨ ਬਣਨਾ ਮੈਂ ਤਾਂ ਐਦਾਂ ਹੋਣਾ ਮੈਂ ਤਾਂ ਮਸ਼ਹੂਰ ਹੋਣਾ ਸੈਲੀਬ੍ਰਿਟੀ ਬਣਨਾ ਪਰ ਕਹਿੰਦੇ ਨਹੀਂ ਹੁਣ ਬੇਸ਼ੱਕ ਮੈਂ ਸੈਲੀਬ੍ਰਿਟੀ ਬਣ ਗਈਆਂ ਪਰ ਮੈਂ ਇੱਕ ਗੱਲ ਜ਼ਰੂਰ ਚਾਹੂੰਗੀ ਕਿ ਮੇਰੀਆਂ ਬੱਚੀਆਂ ਕਾਲਜ ਤੇ ਯੂਨੀਵਰਸਿਟੀ ਜ਼ਰੂਰ ਜਾਣ ਉੱਥੇ ਜ਼ਰੂਰ ਪੜਨ ਤੁਸੀਂ ਕੁਝ ਵੀ ਬਣ ਜਾਂਦੇ ਹੋ ਲਾਈਫ ਦੇ ਵਿੱਚ ਐਜੂਕੇਸ਼ਨ ਇਜ਼ ਐਜੂਕੇਸ਼ਨ ਕਹਿੰਦੇ ਕਿ ਮੈਂ ਅਜਾ ਸਰਤਾਜ ਹੁਣਾਂ ਨੂੰ ਦੇਖਦੀ ਹੁੰਦੀ ਹਣੀ ਆ ਉਹ ਕਿੰਨੇ ਹਾਇਰ ਐਜੂਕੇਟਿਡ ਨੇ ਕਿ ਕਹਿੰਦੇ ਮੈਨੂੰ ਲੱਗਦਾ ਹੁੰਦਾ ਸੀ ਮੈਂ ਤਾਂ ਫੋਰਨ ਦੀ ਬੌਰਨ ਆ ਬੌਰਨ ਐਂਡ ਬਰਾਟ ਅਪ ਫਰੋਂ ਕੈਨੇਡਾ ਤੇ ਮੈਨੂੰ ਅੰਗਰੇਜ਼ੀ ਬੋਲਣ ਚ ਕੀ ਦਿੱਕਤ ਹੋ ਸਕਦੀ ਆ ਮੈਂ ਤਾਂ ਫਟਾਫਟ ਹਰ ਅੰਗਰੇਜ਼ੀ ਦਾ ਅੱਖਰ ਸਮਝ ਸਕਦੀ ਆ ਕਹਿੰਦੇ ਪਾਟ ਸਤਿੰਦਰ ਸਰਤਾਜ ਹੁਣੀ ਕਈ ਵਾਰੀ ਆਪਣੀਆਂ ਗੱਲਾਂ ਚ ਐਡੇ ਡੂੰਗੇ ਡੂੰਗੇ ਵੱਡੇ ਵੱਡੇ ਅੱਖਰ ਕਹਿ ਜਾਂਦੇ ਆ ਮੈਨੂੰ ਤਾਂ ਇੱਕ ਵਾਰੀ ਕਹਿੰਦੇ ਡਿਕਸ਼ਨਰੀ ਚੈੱਕ ਕਰਨੀ ਪਈ ਉਹਨਾਂ ਨੂੰ ਅੰਗਰੇਜ਼ੀ ਵੀ ਉਹਨਾਂ ਦੀ ਇੰਨੀ ਹਾਈ ਇੰਗਲਿਸ਼ ਆ ਕਹਿੰਦੇ ਕਿ ਜੋ ਚੀਜ਼ ਐਜੂਕੇਸ਼ਨ ਦੇ ਨਾਲ ਹਾਸਲ ਕੀਤੀ ਜਾ ਸਕਦੀ ਆ ਉਹ ਮੈਂ ਚਾਹੁੰਦੀ ਆ ਕਿ ਹੇਰੀਆਂ ਬੱਚੀਆਂ ਜ਼ਰੂਰ ਅਚੁਕੇਟਡ ਹੋਣ ਪ੍ਰੋਗਰਾਮ ਪਨਕਾਰ ਦੇ ਵਿੱਚ ਅੱਜ ਦੇ ਲਈ ਨੈਸੀ ਉਮੀਦ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਣਾ ਹੈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰ ਦਿਓ Instagram ਪੇਜ ਫੋਲੋ ਕਰ ਦਿਓ Facebook ਪੇਜ ਲਾਈਕ ਕਰ ਦਿਓ ਬਰਨ ਕੌਰ ਮਾਨ ਨੂੰ ਦਿਓ ਆਗਿਆ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ